ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ। ਮੈਂ ਸੁੱਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਅਤੇ ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਖੇਤੀ ਇਨਫੋ। ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ PR 128 ਅਤੇ PR 129 ਵਰਾਇਟੀ ਹੈਗੀ ਹੈ ਪਿਛਲੇ ਸਾਲ ਰਿਲੀਜ਼ ਹੋਈਆਂ ਨੇ ਦੋਨੋਂ ਵਰਾਇਟੀਆਂ, ਅਤੇ ਇਹਨਾਂ ਦੇ ਉੱਤੇ ਆਪਾਂ ਨੇ ਨਜ਼ਰ ਰੱਖਣੀ ਹੈ ਕਹਿ ਸਕਦੇ ਹਾਂ, ਜਾਂ ਮੈਂ ਕਹਾਂ ਕਿ ਇਹਨਾਂ ਦੇ ਉੱਤੇ ਆਪਾਂ ਨੇ ਸਾਵਧਾਨੀ ਜਿਹੜੀ ਰੱਖਣੀਆਂ ਹੈਗੀਆਂ ਨੇ ਬੂਟਿੰਗ ਸਟੇਜ ਤੋਂ ਲੈ ਕੇ ਨਸਾਰੇ ਦੀ ਸਟੇਜ ਤੱਕ, ਉਹ ਬਹੁਤ ਜ਼ਰੂਰੀ ਹੈਗੀਆਂ ਨੇ। ਅਤੇ ਇਸ ਵੀਡੀਓ ਦੇ ਵਿੱਚ ਆਪਾਂ ਉਹਦਾ ਸੈਕਿੰਡ ਪਾਰਟ ਬਣਾ ਰਹੇ ਹਾਂ। ਪਹਿਲੇ ਪਾਰਟ ਦੇ ਵਿੱਚ ਆਪਾਂ ਨੇ ਗੱਲ ਕਰ ਲਈ ਸੀਗੀ ਅਤੇ ਜਿਹੜੀ ਇਹਦੀ ਖਾਦਾਂ ਦੀ ਮੈਨੇਜਮੈਂਟ ਸੀਗੀ, ਅਤੇ ਜਿਹਨਾਂ ਵੀਰਾਂ ਨੇ ਉਹਦੇ 'ਤੇ ਅਮਲ ਕੀਤਾ ਹੋਊਗਾ ਤਾਂ ਉਹਨਾਂ ਨੂੰ ਇਸ ਚੀਜ਼ ਦੇ ਨਤੀਜੇ, ਉਹਦੇ ਪੋਜ਼ੀਟਿਵ ਨਤੀਜੇ ਹੁਣ ਸਾਹਮਣੇ ਆਉਣਗੇ ਇਸ ਸਟੇਜ ਤੋਂ ਬਾਅਦ। ਅਤੇ ਜਿਹੜੀ ਇਹ ਆਪਾਂ ਮੈਨੇਜਮੈਂਟ ਕਰਾਂਗੇ ਬੂਟਿੰਗ ਸਟੇਜ ਤੋਂ ਲੈ ਕੇ ਨਸਾਰੇ ਵਾਲੀ ਸਟੇਜ ਤੱਕ, ਇਹਦੇ ਜਿਹੜੇ ਪੋਜ਼ੀਟਿਵ ਨਤੀਜੇ ਆਉਣਗੇ ਉਹ ਆਉਣਗੇ ਨਸਾਰੇ ਤੋਂ ਬਾਅਦ ਪੱਕਣ ਤੱਕ। ਸੋ ਇਸ ਕਰਕੇ ਧਿਆਨ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਲਿਓ। ਅਤੇ ਕੁਛ ਕੁ ਵੀਰ ਇਹ ਸੋਚ ਸਕਦੇ ਨੇ ਕਿ ਹੁਣ ਅਜੇ ਇੰਨੀ ਕੋਈ ਜ਼ਰੂਰਤ ਹੈ ਨਹੀਂ ਹੈ ਕਿ ਫਸਲਾਂ ਬਿਲਕੁਲ ਸਹੀ ਖੜੀਆਂ ਨੇ, ਵੀ ਹੁਣੀ ਕੀ ਜ਼ਰੂਰਤ ਸੀਗੀ। ਪਰ ਕਈ ਵੀਰਾਂ ਨੇ ਦੇਖੋ ਇਹ ਅਗੇਤੇ ਵੀ ਲਾਈਆਂ ਹੋਈਆਂ ਨੇ ਵਰਾਇਟੀਆਂ, ਅਤੇ ਉਹਨਾਂ ਦੀਆਂ ਜਿਹੜੀਆਂ ਫਸਲਾਂ ਹੈਗੀਆਂ ਨੇ ਉਹ ਗੋਭ ਭਰਨ ਲੱਗ ਗਈਆਂ ਹੋਣਗੀਆਂ ਜਾਂ ਲੱਗ ਜਾਣਗੀਆਂ 2-4 ਦਿਨ ਦੇ ਵਿੱਚ। ਸੋ ਇਸ ਕਰਕੇ ਆਪਾਂ ਥੋੜ੍ਹੀ ਜਿਹੀ ਐਡਵਾਂਸ ਦੇ ਵਿੱਚ ਇਹ ਵੀਡੀਓ ਬਣਾ ਰਹੇ ਹਾਂ। ਅਤੇ ਇਹਦੇ ਵਿੱਚ ਇਹ ਵੀ ਹੈਗੀ ਹੈ ਕਿ ਪਹਿਲੀ ਜਿਹੜੀ ਸਪਰੇਅ ਆਪਾਂ ਨੇ ਕਰਨੀ ਹੈ ਉਹਦਾ ਤਕਰੀਬਨ ਟਾਈਮ ਆ ਚੁੱਕਿਆ ਹੈ, ਅਤੇ ਇਸ ਕਰਕੇ ਜਿਹੜੀ ਆਪਾਂ ਨੇ ਪਹਿਲੀ ਸਪਰੇਅ ਕਰਨੀ ਹੁੰਦੀ ਹੈ ਬੂਟਿੰਗ ਸਟੇਜ 'ਤੇ, ਇੱਕ ਕਿਸੇ ਫੰਗੀਸਾਈਡ ਦੀ ਅਤੇ ਇੱਕ ਇਨਸੈਕਟੀਸਾਈਡ ਦੀ, ਉਹਦੇ ਵਿੱਚ ਆਪਾਂ ਨੇ ਕਿਸ ਗੱਲ ਦਾ ਖਿਆਲ ਰੱਖਣਾ? ਉਹਦੇ 'ਚ ਆਪਾਂ ਇਹ ਗੱਲ ਦਾ ਖਿਆਲ ਰੱਖਣਾ ਹੈ ਕਿ ਜਿਹੜਾ ਤਾਂ ਦੇਖੋ ਫੰਗੀਸਾਈਡ ਹੈ, ਫੰਗੀਸਾਈਡ ਇਹਦੇ 'ਤੇ ਯੂਜ਼ ਕਰਨਾ ਜਿਹੜਾ ਉਹ ਆਪਾਂ ਹਲਕਾ ਵੀ ਕਰ ਸਕਦੇ ਹਾਂ। ਉਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਫੰਗਸ ਜਿਹੜੀ ਹੈਗੀ ਹੈ ਉਹ ਅਟੈਕ ਨਹੀਂ ਕਰਦੀ ਹੈਗੀ ਇੰਨੇ ਜ਼ਿਆਦਾ, ਅਤੇ ਜੇ ਜ਼ਿਆਦਾ ਅਟੈਕ ਆ ਜਾਵੇ ਤਾਂ ਆਪਣੀ ਫਸਲ 'ਤੇ ਅਟੈਕ ਹੋ ਸਕਦਾ। ਇਸ ਕਰਕੇ ਆਪਾਂ ਪ੍ਰੋਟੈਕਸ਼ਨ ਉਹਦੀ ਜੇ ਕਰਨੀ ਹੈ, ਅਗਰ ਆਪਾਂ ਨੇ ਫੰਗੀਸਾਈਡ ਪਾਉਣਾ ਤਾਂ ਆਪਾਂ ਥੋੜ੍ਹਾ ਜਿਹਾ ਹਲਕਾ ਵੀ ਪਾ ਲਵਾਂਗੇ ਤਾਂ ਕੋਈ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਅਤੇ ਪਰ ਜਿਹੜੀ ਸੁੰਡੀਆਂ ਵਾਲੀ ਆਪਾਂ ਨੇ ਟੈਕਨੀਕਲ ਪਾਉਣੇ, ਸੁੰਡੀਆਂ ਵਾਲਾ ਟੈਕਨੀਕਲ ਆਪਾਂ ਇਹਦੇ ਵਿੱਚ ਸਕਿੱਪ ਵੀ ਨਹੀਂ ਕਰਨਾ ਹੈਗਾ। ਕਈ ਬੰਦੇ ਕਹਿੰਦੇ ਕਿ ਜਦੋਂ ਦੇਖਾਂਗੇ ਸਪਰੇ ਕਰਨ ਦੀ ਜ਼ਰੂਰਤ ਹੈ ਤਾਂ ਕਰਾਂਗੇ, ਤਾਂ ਦੂਜੀਆਂ ਵਰਾਇਟੀਆਂ 'ਤੇ ਆਪਾਂ ਇਹ ਤਰੀਕਾ ਅਪਣਾ ਸਕਦੇ ਹਾਂ। ਪਰ ਮੈਂ ਆਪਣੇ ਵੱਲੋਂ ਇਹ ਚੀਜ਼ ਰਿਕਮੈਂਡ ਕਰੂੰਗਾ ਕਿਉਂਕਿ ਪਿਛਲੇ 2 ਸਾਲਾਂ ਦੇ ਦੌਰਾਨ ਅਸੀਂ ਜੋ ਚੀਜ਼ ਦੇਖੀ ਹੈ ਇਹਨਾਂ ਵਰਾਇਟੀਆਂ ਦੇ ਵਿੱਚ, ਉਸ ਦੇ ਮੱਦੇ ਨਜ਼ਰ ਮੈਂ ਕਹਿ ਸਕਦਾ ਕਿ ਇਹਨੂੰ ਸੁੰਡੀ ਵਾਲਾ ਜਿਹੜਾ ਸਪਰੇਅ ਹੈਗਾ ਉਹ ਸਾਨੂੰ ਸਕਿੱਪ ਨਹੀਂ ਕਰਨਾ ਚਾਹੀਦਾ, ਅਤੇ ਕਰਨਾ ਵੀ ਸਾਨੂੰ ਟੋਪ ਦਾ ਟੈਕਨੀਕਲ ਚਾਹੀਦਾ। ਤਾਂ ਟੋਪ ਦਾ ਟੈਕਨੀਕਲ ਕਿਹੜਾ ਮੰਨਦੇ ਹਾਂ ਆਪਾਂ? ਆਪਾਂ ਕਹਿੰਦੇ ਕਿ ਜਾਂ ਤਾਂ ਫੇਮ ਵਾਲਾ ਸਾਲਟ ਜਿਹੜਾ ਹੈਗਾ ਫਲੂਬੈਂਡਾਮਾਈਡ ਉਹ ਆਪਾਂ ਯੂਜ਼ ਕਰ ਲਈਏ ਇਹਦੇ 'ਤੇ, ਜਾਂ ਫਿਰ ਆਪਾਂ ਜਿਹੜਾ ਕੋਰਾਜਨ ਵਾਲਾ ਸਾਲਟ ਹੈਗਾ ਕਲੋਰੈਂਟਰੈਨਲੀਪ੍ਰੋਲ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਅਤੇ ਕਰਨਾ ਆਪਾਂ ਨੇ ਠੀਕ ਮਾਤਰਾ ਦੇ ਵਿੱਚ, ਅੱਗੇ ਆਪਾਂ ਨੂੰ ਪਤਾ ਹੈਗਾ ਇਹ ਅਲੱਗ ਅਲੱਗ ਏਰੀਏ ਦੇ ਵਿੱਚ ਕੁਛ ਏਰੀਆ ਦੇ ਵਿੱਚ ਘੱਟ ਡੋਜ਼ ਪਾਈ ਜਾਂਦੀ ਹੈ, ਕਿਤੇ 20 ML ਪਾਈ ਜਾਂਦੀ ਹੈ, ਕਿਤੇ 25 ML ਪਾਈ ਜਾਂਦੀ ਹੈ, ਅਤੇ ਕਿਸੇ ਏਰੀਏ ਦੇ ਵਿੱਚ 30-35 ML ਤੱਕ ਵੀ ਪਾਈ ਜਾਂਦੀ ਹੈ। ਤਾਂ ਆਪਣੇ ਏਰੀਏ ਦੇ ਹਿਸਾਬ ਨਾਲ ਜਿੰਨੀ ਤੁਸੀਂ ਸੁੰਡੀ ਵਾਲੀ ਸਪਰੇਅ ਦਾ ਯੂਜ਼ ਕਰਦੇ ਹੋ ਇਹਨਾਂ ਦਾ, ਫੇਮ ਵਾਲੇ ਸਾਲਟ ਦਾ ਅਤੇ ਕੋਰਾਜਨ ਵਾਲੇ ਸਾਲਟ ਦਾ, ਤਾਂ PR 128 ਅਤੇ PR 129 ਅਤੇ 20 ਉਹਨਾਂ ਕਰਨਾ ਆਪਾਂ ਨੇ, ਉਹਦੇ ਨਾਲੋਂ ਮਾੜਾ ਮੋਟਾ ਵੱਧ ਤੁਸੀਂ ਕਰ ਸਕਦੇ ਹੋ। ਜੇ 20 ML ਤੁਸੀਂ ਯੂਜ਼ ਕਰਦੇ ਹੋ ਤਾਂ 25 ਕਰ ਸਕਦੇ ਹੋ, ਕਿਉਂਕਿ ਇਹਨੂੰ ਸੁੰਡੀ ਤੋਂ ਹੀ ਆਪਾਂ ਨੇ ਬਚਾਉਣਾ, ਅਤੇ ਸੁੰਡੀ ਦਾ ਹੀ ਇਹਦੇ 'ਤੇ ਅਟੈਕ ਜ਼ਿਆਦਾ ਹੁੰਦਾ, ਹੋਰ ਕਿਸੇ ਚੀਜ਼ ਦਾ ਇਹਨੂੰ ਅਟੈਕ ਜ਼ਿਆਦਾ ਨਹੀਂ ਆਉਂਦਾ। ਅਤੇ ਇਸ ਕਰਕੇ ਇਹ ਮੇਰੀ ਰਿਕਮੈਂਡੇਸ਼ਨ ਰਹੂਗੀ ਕਿ ਇਹਦੇ 'ਤੇ ਸਪਰੇਅ ਕੀਤਾ ਵੀ ਜਾਵੇ ਐਡਵਾਂਸ ਦੇ ਵਿੱਚ, ਅਤੇ ਕੀਤਾ ਵੀ ਵਧੀਆ ਜਾਵੇ ਸੁੰਡੀ ਵਾਲਾ। ਅਤੇ ਇਸ ਤੋਂ ਬਾਅਦ ਜਿਹੜੀ ਆਪਾਂ ਨੇ ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ ਹੈ ਉਹ ਇਹ ਕਿ ਪਿਛਲੇ ਸਾਲ ਵੀ ਦੇਖਿਆ ਕਿ ਇਹਨੂੰ ਜਿਹੜੀ ਹਲਦੀ ਰੋਗ ਹੈਗਾ ਜਿਹੜਾ ਗਠੋਲੀ ਜੀ ਬਣਦੀ ਹੈ ਉਹ ਵੀ ਥੋੜ੍ਹੀ ਜਿਹੀ ਜ਼ਿਆਦਾ ਅਟੈਕ ਕਰਦੀ ਹੈ। ਉਹਦਾ ਵੀ ਕਾਰਨ ਇਹੀ ਹੈ ਕਿ ਦੇਖੋ ਹਰਾ ਮਾਦਾ ਜ਼ਿਆਦਾ ਹੋਣ ਕਰਕੇ, ਅਤੇ ਜਿਹੜੇ ਵੀਰ ਤਾਂ ਮੈਨੇਜਮੈਂਟ ਦੇ ਵਿੱਚ ਸਹੀ ਰੱਖਣਗੇ ਕਿ ਉਹਨਾਂ ਨੇ ਜਲਦੀ ਯੂਰੀਆ ਪੂਰੀ ਕਰਤੀ ਇਹਦੀ, ਅਤੇ 20-25 ਦਿਨਾਂ ਦੇ ਵਿੱਚ, 30 ਦਿਨਾਂ ਦੇ ਵਿੱਚ, ਮੰਨ ਲਓ 30 ਦਿਨਾਂ ਦੇ ਵਿੱਚ ਯੂਰੀਆ ਪੂਰੀ ਕਰਤੀ ਉਹਨਾਂ ਨੇ, ਉਹਨਾਂ ਨੂੰ ਇੰਨੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ। ਹਾਂ, ਜੇ ਮੌਸਮ ਹੀ ਇੱਦਾਂ ਦਾ ਆ ਗਿਆ, ਮੌਸਮ ਦੇ ਵਿੱਚ ਕਿੱਦਾਂ ਦੀ ਇਹਦੀ ਬਣਦੀ ਹੈ ਜਿਹੜੀ ਹਾਲਾਤ ਨੇ ਕਿ ਜਦੋਂ ਮੌਸਮ ਦੇ ਵਿੱਚ ਨਮੀ ਜ਼ਿਆਦਾ ਹੋਵੇ, ਬੱਦਲਬਾਈ ਵਾਲਾ ਮੌਸਮ ਹੋਵੇ, ਉਸ ਟਾਈਮ 'ਤੇ ਜਦੋਂ ਨਸਾਰਾ ਲੈਂਦੀਆਂ ਨੇ ਫਸਲਾਂ ਕੋਈ ਵੀ ਵਰਾਇਟੀ ਹੋਵੇ, ਤਾਂ ਉਹਦੇ ਵਿੱਚ ਗਠੋਲੀ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ, ਅਤੇ ਇਹਨਾਂ ਵਰਾਇਟੀਆਂ ਦੇ ਵਿੱਚ ਥੋੜ੍ਹੀ ਜਿਹੀ ਉਹਨਾਂ ਨਾਲੋਂ ਵੀ ਜ਼ਿਆਦਾ ਆਉਂਦੀ ਹੈ। ਉਹਦਾ ਕਾਰਨ ਹਰਾ ਮਾਦਾ ਹੀ ਹੈ ਕਿ ਹਰਾ ਮਾਦਾ ਇਹਦੇ ਵਿੱਚ ਜ਼ਿਆਦਾ ਹੈ। ਸੋ ਇਸ ਕਰਕੇ ਉਸ ਚੀਜ਼ ਤੋਂ ਬਚਤ ਰੱਖਣ ਵਾਸਤੇ ਆਪਾਂ ਕੀ ਕਰ ਸਕਦੇ ਹਾਂ? ਜਿਹੜੇ ਤਾਂ ਦੇਖੋ ਪ੍ਰੀਵੈਂਟਿਵ ਸਪਰੇਅ ਕਰ ਸਕਦੇ ਨੇ ਇਹਦੇ ਉੱਤੇ, ਜਿਹੜੀ ਗਠੋਲੀ ਵਾਲੀ ਹੈ
ਉਹਨਾਂ ਵਾਸਤੇ ਵੀ ਆਪਾਂ ਦੱਸ ਦਿੰਦੇ ਹਾਂ ਅਤੇ ਜਿਹੜੇ ਬੰਦੇ ਇਹ ਕਹਿੰਦੇ ਕਿ ਜਦੋਂ ਆਊਗੀ ਉਦੋਂ ਦੇਖਾਂਗੇ ਤਾਂ ਇਹਦਾ ਹੱਲ ਉਦੋਂ ਵੀ ਕੀਤਾ ਜਾ ਸਕਦਾ ਹੈ। ਅਤੇ ਜਿਹੜੇ ਦੇਖੋ ਦੋ ਇਹਦੇ ਵਿੱਚ ਟੈਕਨੀਕਲ ਆਉਂਦੇ ਨੇ, ਇਹ ਕੋਪਰ ਦੇ ਹੀ ਦੋਨੋਂ ਟੈਕਨੀਕਲ ਨੇ। ਇੱਕ ਹੈਗਾ ਕੋਪਰ ਆਕਸੀਕਲੋਰਾਈਡ ਜਿਹੜਾ ਕਿ ਆਪਣੇ ਬਲਾਈਟੋਕਸ ਦੇ ਨਾਮ ਤੋਂ ਮਸ਼ਹੂਰ ਹੈ, ਜਿਵੇਂ ਟਾਟਾ ਰੈਲੀਜ਼ ਦਾ ਬਲਾਈਟੋਕਸ ਆਉਂਦਾ ਉਹਦੇ ਵਿੱਚ ਹੈਗਾ ਕੋਪਰ ਆਕਸੀਕਲੋਰਾਈਡ। ਅਤੇ ਇੱਕ ਆਉਂਦਾ ਹੈਗਾ ਡਿਊਪੋਂਟ ਕੰਪਨੀ ਦਾ ਕੁਸਾਈਡ, ਅਤੇ ਉਹਦੇ ਵਿੱਚ ਹੈਗਾ ਕੋਪਰ ਹਾਈਡਰੋਕਸਾਈਡ। ਤਾਂ ਇਹ ਦੋ ਆਪਣੇ ਟੈਕਨੀਕਲ ਹੋ ਗਏ, ਇਹਨਾਂ ਦੋਨਾਂ ਦੀ ਵਰਕਿੰਗ ਅਲੱਗ ਅਲੱਗ ਹੈ, ਅਤੇ ਆਪਾਂ ਨੇ ਸਪਰੇਅ ਜਿਹੜਾ ਕਰਨਾ ਉਹ ਵੀ ਆਪਾਂ ਅਲੱਗ ਅਲੱਗ ਟਾਈਮ 'ਤੇ ਇਹਦਾ ਕਰ ਸਕਦੇ ਹੁੰਦੇ ਹਾਂ। ਜੇ ਤਾਂ ਦੇਖੋ ਆਪਾਂ ਨੇ ਪ੍ਰੀਵੈਂਟਿਵ ਸਪਰੇਅ ਕਰਨਾ ਹੈ ਕਿ ਆਪਣਾ ਖਰਚਾ ਵੀ ਘੱਟ ਆਵੇ ਅਤੇ ਆਪਾਂ ਨੂੰ ਰਿਜ਼ਲਟ ਵੀ ਬਹੁਤ ਵਧੀਆ ਮਿਲੇ, ਤਾਂ ਫਿਰ ਆਪਾਂ ਨੇ ਨਿਸਰਮ ਦੀ ਵੇਟ ਨਹੀਂ ਕਰਨੀ। ਕੋਈ ਵੀ ਬੱਲੀ ਇਹਦੀ ਬਾਹਰ ਨਹੀਂ ਹੋਣੀ ਚਾਹੀਦੀ, ਬਿਲਕੁਲ ਗੋਭ ਦੇ ਵਿੱਚ ਸਾਰੀਆਂ ਮੁੰਜਰਾਂ ਹੋਣੀਆਂ ਚਾਹੀਦੀਆਂ ਨੇ, ਨਸਾਰੇ 'ਤੇ ਤਿਆਰ ਹੋਣੀ ਚਾਹੀਦੀ ਹੈ ਫਸਲ। ਉਸ ਟਾਈਮ 'ਤੇ ਜੇ ਆਪਾਂ ਸਪਰੇਅ ਕਰਾਂਗੇ ਕੋਪਰ ਆਕਸੀਕਲੋਰਾਈਡ, ਜਿਹੜੀ ਕਿ ਟਾਟਾ ਰੈਲੀਜ਼ ਦੀ ਬਲਾਈਟੋਕਸ ਦੇ ਨਾਮ 'ਤੇ ਆਉਂਦੀ ਹੈ, ਹੋਰ ਕੰਪਨੀਆਂ ਦੀ ਵੀ ਆਉਂਦੀ ਹੋਊਗੀ, ਅਤੇ ਉਹਦੀ ਡੋਜ਼ ਆਪਾਂ ਨੇ 500 ਗ੍ਰਾਮ ਪ੍ਰਤੀ ਏਕੜ ਲੈ ਕੇ ਅਤੇ 150 ਤੋਂ ਲੈ ਕੇ 200 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਲਾਉਣਾ ਹੈ। ਅਤੇ ਉਸ ਟਾਈਮ 'ਤੇ ਅਗਰ ਆਪਾਂ ਇਹਦਾ ਸਪਰੇਅ ਕਰਾਂਗੇ ਤਾਂ ਆਪਾਂ ਉਹਨੂੰ ਗਠੋਲੀ ਆਉਣ ਤੋਂ ਬਹੁਤ ਜ਼ਿਆਦਾ ਹੱਦ ਤੱਕ ਰੋਕ ਸਕਾਂਗੇ। ਅਤੇ ਇੱਕ ਇੱਥੇ ਮੈਂ ਹੋਰ ਗੱਲ ਇਹ ਵੀ ਦੱਸ ਦੇਵਾਂ ਕਿ ਜਿਹੜੀ ਇਹ ਕੋਪਰ ਆਕਸੀਕਲੋਰਾਈਡ ਹੈ ਚਾਹੇ ਕੋਪਰ ਹਾਈਡਰੋਕਸਾਈਡ ਹੈ, ਇਹ ਦੋਨੋਂ ਹੀ ਟੈਕਨੀਕਲ ਇਕੱਲੇ ਸਪਰੇਅ ਕਰਨੇ ਨੇ, ਕਿਸੇ ਵੀ ਫੰਗੀਸਾਈਡ ਦੇ ਵਿੱਚ ਹੋਰ ਦੇ ਵਿੱਚ ਇਹਨਾਂ ਨੂੰ ਮਿਕਸ ਕਰਕੇ ਜਾਂ ਆਪਾਂ ਇਨਸੈਕਟੀਸਾਈਡ ਦੇ ਵਿੱਚ ਜਾਂ ਤੇਲੇ ਵਾਲੀ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਮਿਕਸ ਨਹੀਂ ਕਰਨੀ, ਇਕੱਲੀ ਦਾ ਸਪਰੇਅ ਹੋਊਗਾ। ਇਹ ਆਪਾਂ ਨੂੰ ਇੰਨੀ ਖੇਚਲ ਕਰਨੀ ਹੀ ਪੈਣੀ ਹੈ ਜੇ ਆਪਾਂ ਨੇ ਇਹ ਦੇਖਣਾ ਕਿ ਆਪਣੇ ਖੇਤਾਂ ਦੇ ਵਿੱਚ ਇਹ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਨਾ ਹੀ ਆਉਣ, ਅਟੈਕ ਨਾ ਹੀ ਕਰਨ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਿਓ। ਅਤੇ ਜੇ ਕਈ ਵਾਰ ਆਪਣੇ ਤੋਂ ਇਸ ਸਟੇਜ 'ਤੇ ਸਪਰੇਅ ਨਹੀਂ ਹੁੰਦਾ ਤਾਂ ਨਿਸਰਮ ਤੋਂ ਬਾਅਦ ਅਗਰ ਆਪਾਂ ਨੇ ਸਪਰੇਅ ਕਰਨਾ ਹੈ ਤਾਂ ਆਪਾਂ ਨੂੰ ਦੇਖੋ ਵੇਟ ਕਰਨੀ ਪਊਗੀ ਕਿ ਜਦੋਂ ਬੂਰ ਝੜ ਗਿਆ ਫਿਰ ਆਪਾਂ ਸਪਰੇਅ ਕਰ ਪਾਵਾਂਗੇ। ਜੇ ਆਪਾਂ ਬੂਰ ਆਈ ਅਤੇ ਵਿੱਚ ਵੜਾਂਗੇ ਫਸਲ ਦੇ ਤਾਂ ਬੂਰ ਝਾੜ ਕੇ ਆਪਾਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਖੁਦ ਹੀ ਕਰ ਦੇਵਾਂਗੇ ਕਿ ਉਹਦੇ ਵਿੱਚ ਫੋਕ ਬਣ ਜੂਗੀ। ਸੋ ਇਸ ਕਰਕੇ ਮੈਂ ਇਹੀ ਇਹਦੇ 'ਚ ਵੀ ਸਲਾਹ ਦੇਊਂਗਾ ਕਿ ਪ੍ਰੀਵੈਂਟਿਵ ਤੌਰ 'ਤੇ ਹੀ ਕਰੋ, ਚਾਹੇ ਉਹ ਕੋਪਰ ਆਕਸੀਕਲੋਰਾਈਡ ਕਰੋ ਚਾਹੇ ਕੋਪਰ ਹਾਈਡਰੋਕਸਾਈਡ ਕਰੋ, ਕਿਉਂਕਿ ਜਿਹੜੀ ਕੋਸਾਈਡ ਵਾਲਾ ਟੈਕਨੀਕਲ ਜਿਹੜਾ ਹੈਗਾ ਕੋਪਰ ਆਕਸੀਕਲੋਰ ਹਾਈਡਰੋਕਸਾਈਡ ਉਹਨੂੰ ਵੀ ਤੁਸੀਂ ਨਸਾਰੇ ਤੋਂ ਪਹਿਲਾਂ ਕਰ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਉਹਦੇ ਵਿੱਚ ਸਿਰਫ ਇਹ ਹੈ ਕਿ ਕੋਪਰ ਆਕਸੀਕਲੋਰਾਈਡ ਬਲਾਈਟੋਕਸ ਜਿਹੜਾ ਹੈਗਾ ਉਹ ਸਸਤਾ ਪਊਗਾ ਤੁਹਾਨੂੰ, ਅਤੇ ਜਿਹੜਾ ਕੋਪਰ ਹਾਈਡਰੋਕਸਾਈਡ ਹੈ ਕੋਸਾਈਡ ਵਾਲਾ ਸਾਲਟ ਹੈ ਉਹ ਤੁਹਾਨੂੰ ਮਹਿੰਗਾ ਪਊਗਾ, ਅਤੇ ਰਿਜ਼ਲਟ ਦੇ ਵਿੱਚ ਵੀ ਫਰਕ ਪਊਗਾ। ਦੇਖੋ ਥੋੜ੍ਹਾ ਮੋਟਾ ਤਾਂ ਇਹ ਜ਼ਿਆਦਾ ਰਿਜ਼ਲਟ ਦੇਊਗਾ ਹੀ ਤੁਹਾਨੂੰ ਜਿਹੜਾ ਕੋਸਾਈਡ ਵਾਲਾ ਟੈਕਨੀਕਲ ਹੈ। ਇਸ ਕਰਕੇ ਤੁਸੀਂ ਆਪਣੇ ਹਿਸਾਬ ਦੇ ਬਜਟ ਦੇ ਨਾਲ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਕਰ ਸਕਦੇ ਹੋ, ਪਰ ਕਰਨਾ ਨਿਸਾਰੇ ਤੋਂ ਪਹਿਲਾਂ ਹੀ ਹੈ। ਜਿਹੜੇ ਬੰਦੇ ਉੱਕ ਜਾਣਗੇ ਕਿ ਨਾ ਕਰ ਪਾਉਣਗੇ, ਉਹਨਾਂ ਤੋਂ ਕਿਸੇ ਕਾਰਨ ਮੰਨ ਲਓ ਇਹ ਸਪਰੇਅ ਨਹੀਂ ਕਰ ਪਾਏ ਉਹ, ਤਾਂ ਉਹ ਕੀ ਕਰ ਸਕਦੇ ਨੇ ਕਿ ਜਦੋਂ ਬੂਰ ਝਾੜ ਗਈ ਆਪਣੀ ਜੀਰੀ ਜਿਹੜੀ ਹੈਗੀ ਹੈ ਝੋਨਾ ਜਿਹੜਾ ਬੂਰ ਆਟੋਮੈਟਿਕਲੀ ਝਾੜ ਗਿਆ ਆਪਣੇ ਆਪ, ਤਾਂ ਉਸ ਤੋਂ ਬਾਅਦ ਆਪਾਂ ਨੇ ਕੋਪਰ ਹਾਈਡਰੋਕਸਾਈਡ ਹੀ ਯੂਜ਼ ਕਰਨਾ, ਆਕਸੀਕਲੋਰਾਈਡ ਯੂਜ਼ ਨਹੀਂ ਕਰਨਾ। ਉਹ ਆਪਾਂ ਨੇ ਤਾਂ ਨਹੀਂ ਕਰਨਾ ਹੈਗਾ ਕਿ ਕੋਪਰ ਆਕਸੀਕਲੋਰਾਈਡ ਜਿਹੜਾ ਹੈਗਾ ਜੇ ਇਹ ਦਾਣਿਆਂ ਦੇ ਉੱਤੇ ਪੈ ਜੂਗਾ ਤਾਂ ਇਹ ਦਾਣੇ ਕਾਲੇ ਕਰ ਦਿੰਦਾ ਹੈ, ਪਰ ਜਿਹੜਾ ਕੋਪਰ ਹਾਈਡਰੋਕਸਾਈਡ ਹੈ ਜਿਹੜਾ ਕੋਸਾਈਡ ਵਾਲਾ ਸਾਲਟ ਹੈਗਾ ਡੂਪੋਂਟ ਕੰਪਨੀ ਦਾ, ਉਹਦੇ ਵਿੱਚ ਇਹ ਦਿੱਕਤ ਨਹੀਂ ਹੈਗੀ। ਉਹ ਤੁਸੀਂ ਨਿਸਰਨ ਤੋਂ ਬਾਅਦ ਅਗਰ ਤੁਹਾਡੇ ਖੇਤ ਦੇ ਵਿੱਚ ਬਿਮਾਰੀ ਆ ਵੀ ਗਈ ਤਾਂ ਵੀ ਤੁਸੀਂ ਕਰ ਸਕਦੇ ਹੋ, ਤਾਂ ਉਹ ਇੰਨੀ ਜ਼ਿਆਦਾ ਇਫੈਕਟਿਵ ਹੈਗੀ ਹੈ ਇਹ ਸਾਲਟ ਜਿਹੜਾ ਹੈਗਾ। ਅਸੀਂ ਯੂਜ਼ ਕਰਕੇ ਵੀ ਦੇਖਿਆ ਅਤੇ ਅਸੀਂ ਕਰਵਾ ਕੇ ਵੀ ਦੇਖਿਆ ਆਪਣੇ ਕਿਸਾਨਾਂ ਵੀ ਨੂੰ ਪਿਛਲੇ ਸਾਲ, ਅਤੇ ਜਿੱਥੇ ਮਤਲਬ ਕਿ ਜਿਹੜੀਆਂ ਮੁੰਜਰਾਂ ਦੇ ਵਿੱਚ ਉਹ ਦਿੱਕਤ ਹੁੰਦੀ ਹੈ, ਜਿਹੜੇ ਦਾਣਿਆਂ ਦੇ ਵਿੱਚ ਉਹ ਦਿੱਕਤ ਹੁੰਦੀ ਹੈ, ਅਗਰ ਤੁਸੀਂ ਪ੍ਰੋਪਰ ਪਾਣੀ ਲਾ ਕੇ ਸਪਰੇਅ ਕਰ ਦਿਓ, 200 ਲੀਟਰ ਤੋਂ 250 ਲੀਟਰ ਪਾਣੀ ਲਾਉਣਾ ਪਊਗਾ ਉਸ ਕੰਡੀਸ਼ਨ ਦੇ ਵਿੱਚ, ਫਿਰ ਤਾਂ ਇਹ ਉੱਥੇ ਹੀ ਰੋਕ ਦੂਗੀ, ਉਸ ਤੋਂ ਅੱਗੇ ਨਹੀਂ ਵਧਣ ਦੇਊਗੀ। ਇੰਨੀ ਜ਼ਿਆਦਾ ਇਹ ਪਾਵਰਫੁਲ ਜਿਹੜਾ ਟੈਕਨੀਕਲ ਹੈਗਾ। ਸੋ ਇਸ ਕਰਕੇ ਇਹ ਦੋ ਚੀਜ਼ਾਂ ਆਪਾਂ ਨੇ ਖਾਸ ਖਿਆਲ ਰੱਖਣੀਆਂ ਨੇ, ਅਤੇ ਬਾਕੀ ਜਿਹੜੇ ਹੋਰ ਆਪਾਂ ਨੇ ਮੈਨੇਜਮੈਂਟ ਕਰਨੀ ਹੈ ਉਹ ਦੂਜੇ ਝੋਨਿਆਂ ਦੇ ਵਾਂਗੂ ਹੀ, ਇਹਦਾ ਵੀ ਆਪਾਂ ਨੇ ਕਰਨਾ ਹੈ। ਨਿਸਾਰੇ ਤੋਂ ਬਾਅਦ ਕੋਈ ਖਾਸ ਇਹਦੇ ਵਿੱਚ ਸਾਵਧਾਨੀਆਂ ਰੱਖਣ ਦੀ ਜ਼ਰੂਰਤ ਨਹੀਂ, ਇਹ ਫਿਰ ਆਪਣੇ ਆਪ ਹੀ ਸਹੀ ਤਰੀਕੇ ਨਾਲ ਅੱਗੇ ਜਾ ਕੇ ਪੱਕ ਜੂਗੇ ਜਾਣਗੇ ਦੋਨੋਂ ਵਰਾਇਟੀਆਂ, ਜੇ ਆਪਾਂ ਮੈਨੇਜਮੈਂਟ ਵੀ ਸਹੀ ਢੰਗ ਨਾਲ ਕੀਤੀ ਹੈ ਇਸ ਤੋਂ ਪਹਿਲਾਂ ਜਿਹੜੀ ਸਟੇਜ ਲੰਘ ਚੁੱਕੀ ਹੈ, ਅਤੇ ਜਿਹੜੀ ਹੁਣ ਸਟੇਜ ਚੱਲ ਰਹੀ ਹੈ ਇਸ ਤੋਂ ਲੈ ਕੇ ਨਿਸਾਰੇ ਤੱਕ ਆਪਾਂ ਇਹ ਅਗਰ ਕੰਮ ਕਰ ਲਾਂਗੇ ਸਾਵਧਾਨੀ ਪੂਰਵਕ, ਤਾਂ ਮੇਰਾ ਨਹੀਂ ਖਿਆਲ ਹੈਗਾ ਕਿ ਅਗਰ ਕੋਈ ਮੌਸਮ ਦੀ ਮਾਰ ਪੈ ਗਈ, ਦੇਖੋ ਉਹ ਗੱਲ ਅਲੱਗ ਹੈਗੀ ਹੈ ਵੀ ਨਿਸਰ ਰਹੀ ਹੈ ਉਧਰੋਂ ਬਾਰਿਸ਼ ਪੈਣ ਲੱਗ ਗਈ ਜਾਂ ਤੇਜ਼ ਹਨੇਰੀ ਚੱਲ ਗਈ ਜਾਂ ਕੋਈ
टैंपरेचर इन्ना हाई हो गया, तो यह जो चीज़ा ने उन्हों का अपने उन्होंने अपना कोई कंट्रोल नहीं है। तो पर जिहड़ियां अपने हथ बस चीज़ा ने वो असं यही कम कर सकते हैं तो आप अपना नुकसान जोड़ा होने बचा सकते हैं। तो जोड़ा एक उपर हाइड्रोक्साइड है कोसाइड वाला टैक्निकल है, यदि आप डोज दसनी भुल गए से पहला, तो यदि डोज जी हैगी है तो 250 ग्राम प्रति एकड़ के हिसाब के ना यह वरतनी अपने। तो पानी की मात्रा जी है पानी की मात्रा ये वास्ते भी जे आप पहला कर रहे हैं प्रिवेंटिव कर रहे हैं तो 150 तो लैके 200 लीटर प्रति एकड़ के हिसाब न वरतना। तो जे आप बाद वरता तो आपने दस ही है तुम्हें कि यह 200 से 250 तक तू पानी है जोड़ा लाना पेगा। तो ठीक है जी किसान भीरों, इस वीडियो इन गल करनी सी। वीडियो देखने वास्ते बहुत बहुत ज़्यादा धन्यवाद जी थोड़ा सारे का।